Hello everyone, welcome to Victor's Knowledge. This is Chinu Sharma, and if you are visiting my channel for the first time, please do subscribe to it. So jehda ajj da topic hai eh bahut hi zyada important hai te kaafi students edi demand kar rahe si. So eh hai Microsoft Word and Excel 2019. So jehda latest Microsoft Word te Excel da version aaya ode utte ajj pura apna lecture hoga. ਇਹਦੇ ਵਿੱਚ ਆਪਾਂ ਜੋ ਇੰਪੋਰਟੈਂਟ ਚੇਂਜਸ ਆਈਆਂ ਨੇ ਪੁਰਾਣੇ ਵਰਜ਼ਨ ਤੋਂ ਉਹ ਦੇਖਾਂਗੇ ਇੰਪੋਰਟੈਂਟ ਫੀਚਰਸ ਤੇ ਨਾਲ ਹੀ ਜਿਹੜਾ ਅੱਜ ਕੱਲ ਕਾਫੀ ਸਾਰੇ ਐਗਜ਼ਾਮਸ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਇੰਪੋਰਟੈਂਟ ਸ਼ਾਰਟਕਟ ਕੀਜ਼ ਉਹ ਸਾਰਾ ਕੁਝ ਆਪਾਂ ਡਿਸਕਸ ਕਰਾਂਗੇ ਐਂਡ ਆਲਸੋ ਆਈ ਵਾਂਟ ਟੂ ਹਾਈਲਾਈਟ ਹੇਅਰ ਕਿ ਜਿਹੜਾ ਇਹ ਪੂਰਾ ਕੰਟੈਂਟ ਹੈ ਇਹਦੇ ਲਈ ਮੈਂ ਦੋ ਬੁੱਕਸ ਰੈਫਰ ਕੀਤੀਆਂ ਨੇ ਇੱਕ ਹੈ ਮੈਟ ਵਿਕ ਦੀ ਤੇ ਇੱਕ ਹੈ ਜੋਸ਼ ਮੈਕੈਂਜ਼ੀ ਕਿਉਂਕਿ ਕੋਈ ਵੀ ਇੰਡੀਅਨ ਆਥਰ ਦੀ ਹਜੇ ਤੱਕ ਮਾਈਕਰੋਸਾਫਟ ਵਰਡ ਐਂਡ ਐਕਸਲ 2019 ਉੱਤੇ ਬੁੱਕ ਨਹੀਂ ਆਈ ਸੋ ਇਹਦੇ ਲਈ ਇੰਟਰਨੈਸ਼ਨਲ ਬੁੱਕਸ ਨੇ ਜਿਨ੍ਹਾਂ ਨੂੰ ਮੈਂ ਰੈਫਰ ਕੀਤਾ ਸੋ ਫਰਸਟਲੀ ਵਿਲ ਟਾਕ ਅਬਾਊਟ MS ਵਰਡ ਸੋ ਜਿਹੜਾ ਵਰਡ ਪ੍ਰੋਸੈਸਰ ਦਾ ਸਭ ਤੋਂ ਲੇਟੈਸਟ ਐਡਵਾਂਸ ਨਿਊ ਵਰਜ਼ਨ ਹੈ ਉਹ ਹੈ 2019 ਦਾ ਤੇ ਜਿਹੜੇ ਪੁਰਾਣੇ 2013 ਤੇ 16 ਦੇ ਵਰਜ਼ਨ ਸੀ ਉਹਨਾਂ ਨਾਲੋਂ ਕਾਫੀ ਮੇਜਰ ਚੇਂਜਸ ਆਈਆਂ ਨੇ ਇੰਪਰੂਵਮੈਂਟਸ ਹੋਈਆਂ ਨੇ ਇੱਕ ਸਭ ਤੋਂ ਇੰਪੋਰਟੈਂਟ ਜਿਹੜਾ ਆਪਣੇ ਕੰਪੈਰੀਜ਼ਨ ਦੇ ਵਿੱਚ ਯਾਦ ਰੱਖਣਾ ਪਿਛਲੇ ਵਰਜ਼ਨਸ ਦੇ ਨਾਲੋਂ ਜਿਹੜਾ ਵਰਡ 2019 ਦਾ ਆਇਆ ਇਹਦੇ ਵਿੱਚ ਇੱਕ ਨਵੀਂ ਫੀਚਰ ਆਈ ਹੈ 3D ਇਮੇਜਿੰਗ ਦੀ ਤੇ ਪਿਛਲੇ ਜਿਹੜੇ ਫਾਰਮੈਟ ਸੀ ਉਹਨਾਂ ਦੇ ਵਿੱਚ ਜੇ ਤੁਸੀਂ ਕੋਈ ਵੀ ਸ਼ੇਪ ਐਡ ਕਰਦੇ ਸੀ ਤਾਂ ਉਸ ਸ਼ੇਪ ਦੇ ਵਿੱਚ ਤੁਹਾਨੂੰ ਅਲੱਗ ਤੋਂ ਟੈਕਸਟ ਐਡ ਕਰਕੇ ਵਿੱਚ ਤੁਸੀਂ ਟਾਈਪਿੰਗ ਕਰਦੇ ਸੀ ਪਰ ਜਿਹੜਾ ਨਵਾਂ ਵਰਜ਼ਨ ਆਇਆ 2019 ਦਾ ਇਹਦੇ ਵਿੱਚ ਜੇ ਤੁਸੀਂ ਕੋਈ ਵੀ ਗ੍ਰਾਫਿਕ ਇਨਸਰਸ਼ਨ ਕਰਨੀ ਹੈ ਕੋਈ 3D ਇਮੇਜ ਐਡ ਕਰਨੀ ਹੈ ਤਾਂ ਉਹਦੇ ਵਿੱਚ ਹੀ ਸ਼ੇਪ ਦੇ ਵਿੱਚ ਹੀ ਤੁਹਾਨੂੰ ਆਪਸ਼ਨ ਮਿਲ ਜਾਂਦੀ ਹੈ ਟੈਕਸਟ ਐਡ ਕਰਨ ਦੀ ਕੋਈ ਅਲਾਈਨਮੈਂਟ ਐਡ ਕਰਨੀ ਹੈ ਕੋਈ ਡਾਇਰੈਕਸ਼ਨ ਸੈੱਟ ਕਰਨੀ ਹੈ ਸੋ ਇਹ ਸਾਰਾ ਕੁਝ ਤੁਸੀਂ ਸ਼ੇਪ ਦੇ ਅੰਦਰ ਹੀ ਕਰ ਸਕਦੇ ਹੋ ਸੋ ਇਹ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਫੀਚਰ ਹੈ MS Word 2019 ਦਾ ਸੋ 3D ਇਮੇਜਿੰਗ ਤੋਂ ਬਿਨਾ ਇੱਕ ਹੋਰ ਬਹੁਤ ਇੰਪੋਰਟੈਂਟ ਚੀਜ਼ ਆਈ ਹੈ ਜਿਹੜੀ ਪੁਰਾਣੇ ਵਾਲੇ ਵਰਜ਼ਨ ਦੇ ਵਿੱਚ ਨਹੀਂ ਸੀ ਉਹ ਹੈ ਲੈਂਗੁਏਜ ਟ੍ਰਾਂਸਲੇਟਰ ਸੋ ਅਸਾਈਡ ਫਰੋਮ 3D ਇਮੇਜ ਦੇਅਰ ਇਜ਼ ਐਨ ਐਪਲੀਕੇਸ਼ਨ ਕਾਲਡ ਲੈਂਗੁਏਜ ਟ੍ਰਾਂਸਲੇਟਰ ਵਿਚ ਇਜ਼ ਨਾਟ ਅਵੇਲੇਬਲ ਇਨ ਪ੍ਰੀਵੀਅਸ ਵਰਜ਼ਨ ਸੋ ਤੁਸੀਂ ਜਦੋਂ ਇਹ ਟੌਪਿਕ ਤਿਆਰ ਕਰਨਾ ਤਾਂ ਇਹਦੇ ਵਿੱਚ ਜਿਹੜੀਆਂ ਬੇਸਿਕ ਫੀਚਰਸ ਨਵੇਂ ਐਡ ਹੋਏ ਨੇ ਸਿਰਫ ਸ਼ਾਰਟਕੱਟ ਕੀਜ਼ ਹੀ ਨਹੀਂ ਕਰਕੇ ਜਾਣੀਆਂ ਕਿਉਂਕਿ ਹੁਣ ਆਉਣ ਵਾਲੇ ਬਹੁਤ ਸਾਰੇ ਪੰਜਾਬ ਦੇ ਐਗਜ਼ਾਮ ਨੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਇੱਕ ਕੰਪੈਰੀਜ਼ਨ ਦੇ ਵਿੱਚੋਂ ਵੀ ਕੁਐਸਚਨ ਆ ਸਕਦੇ ਨੇ ਸੋ ਇੱਕ ਹੋਰ ਨਵਾਂ ਫੀਚਰ ਹੈ ਕਿ ਤੁਸੀਂ ਕੋਈ ਵੀ ਡਾਕੂਮੈਂਟ ਹੈ ਸੇਮ ਡਾਕੂਮੈਂਟ ਹੈ ਉਹਦੇ ਅੱਗੇ ਪਿੱਛੇ ਦੋ ਪੇਜ ਨੇ ਤਾਂ ਤੁਸੀਂ ਇੱਕ ਹੀ ਸਕਰੀਨ ਦੇ ਉੱਤੇ ਸਪਲਿਟ ਕਰਕੇ ਉਹਨਾਂ ਦੋਨੋਂ ਪੇजेस ਨੂੰ ਇਕੱਠੇ ਦੇਖ ਸਕਦੇ ਹੋ ਸੋ ਇਹ ਸਾਈਡ ਟੂ ਸਾਈਡ ਵਿਊ ਵਾਲਾ ਇੱਕ ਹੋਰ ਨਵਾਂ ਫੀਚਰ ਆਇਆ ਬਾਕੀ ਕਾਫੀ ਮੈਥਮੈਟਿਕਲ ਇਕੁਏਸ਼ਨਸ ਨੂੰ ਲੈ ਕੇ ਫੀਚਰ ਆਏ ਨੇ ਤੇ ਹੋਰ ਇੱਕ ਇੰਪੋਰਟੈਂਟ ਚੀਜ਼ ਆ ਵੀ ਜਿਹੜਾ ਇਹ MS Word 2019 ਦਾ ਬੇਸਿਕਲੀ ਯੂਜ਼ਰਸ ਨੂੰ ਪੁਰਾਣੇ ਵਰਜ਼ਨਸ ਦੇ ਵਿੱਚ ਜੋ ਵੀ ਦਿੱਕਤਾਂ ਆ ਰਹੀਆਂ ਸੀ ਆਬਸਟੈਕਲਸ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਹ ਸਾਰੀਆਂ ਆਬਸਟੈਕਲਸ ਨੂੰ ਦੂਰ ਕਰਕੇ ਇਸ ਨਵੇਂ ਵਰਜ਼ਨ ਨੂੰ ਯੂਜ਼ਰ ਫਰੈਂਡਲੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਫਿਰ ਕੁਝ ਇੰਪੋਰਟੈਂਟ ਇਸੈਂਸ਼ੀਅਲ ਕੀਜ਼ ਆਉਂਦੀਆਂ ਨੇ ਐਗਜ਼ਾਮ ਦੇ ਵਿੱਚ ਇਹਨਾਂ ਕੀਜ਼ ਦੇ ਵਿੱਚੋਂ ਸਪੈਸੀਫਿਕ ਰੋਲ ਨਾਲ ਰਿਲੇਟਡ ਡਾਇਰੈਕਟਲੀ ਕੁਐਸਚਨ ਪੁੱਛੇ ਜਾਂਦੇ ਨੇ ਸੋ ਪਹਿਲੀ ਹੈ ਐਂਟਰ ਕੀ ਜਦੋਂ ਆਪਾਂ ਨੇ ਕਿਸੇ ਪੈਰੇ ਨੂੰ ਖਤਮ ਕਰਕੇ ਨਵਾਂ ਪੈਰਾ ਸ਼ੁਰੂ ਕਰਨਾ ਉੱਥੇ ਆਪਾਂ ਐਂਟਰ ਕੀ ਪ੍ਰੈਸ ਕਰਦੇ ਹਾਂ ਜੇ ਆਪਾਂ ਨੇ ਕਿਸੇ ਵੀ ਟੈਕਸਟ ਦੀ ਲੈਫਟ ਸਾਈਡ ਤੇ ਜੋ ਲਿਖਿਆ ਉਹਨੂੰ ਆਪਾਂ ਨੇ ਰਿਮੂਵ ਕਰਨਾ ਉੱਥੇ ਆਪਾਂ ਬੈਕ ਸਪੇਸ ਐਂਟਰ ਕਰਦੇ ਹਾਂ ਜੇ ਆਪਾਂ ਨੇ ਰਾਈਟ ਸਾਈਡ ਵਾਲੇ ਟੈਕਸਟ ਨੂੰ ਰਿਮੂਵ ਕਰਨਾ ਉੱਥੇ ਆਪਾਂ ਡਿਲੀਟ ਕੀ ਦੀ ਯੂਜ਼ ਕਰਦੇ ਹਾਂ ਤੇ ਟੈਬ ਕੀ ਦਾ ਰੋਲ ਬਹੁਤ ਇੰਪੋਰਟੈਂਟ ਹੈ ਇੱਕ ਤਾਂ ਹੈ ਜੇ ਆਪਾਂ ਨੇ ਕਿਸੇ ਵੀ ਟੇਬਲ ਵਗੈਰਾ ਦੇ ਵਿੱਚ ਇੱਕ ਲੋਕੇਸ਼ਨ ਤੋਂ ਦੂਜੀ ਲੋਕੇਸ਼ਨ ਤੇ ਜਾਣਾ ਤਾਂ ਉੱਥੇ ਆਪਾਂ ਟੈਬ ਦੀ ਵਰਤੋਂ ਕਰਦੇ ਹਾਂ ਤੇ ਇਹਦਾ ਇੱਕ ਹੋਰ ਬਹੁਤ ਇੰਪੋਰਟੈਂਟ ਰੋਲ ਆ ਵੀ ਜੇ ਆਪਾਂ ਨੇ ਕਿਸੇ ਟੈਕਸਟ ਦੇ ਵਿੱਚ ਇੱਕ ਤੋਂ ਜ਼ਿਆਦਾ ਸਪੇਸ ਦੇਣੀ ਆ ਉੱਥੇ ਵੀ ਆਪਾਂ ਟੈਬ ਨੂੰ ਕਲਿੱਕ ਕਰਕੇ ਇੱਕ ਆਰਟਿਸਟਿਕ ਫੀਚਰ ਕ੍ਰੀਏਟ ਕਰਦੇ ਹਾਂ ਕਿਸੇ ਵੀ ਟੈਕਸਟ ਦੇ ਵਿੱਚ ਨੈਕਸਟ ਇਜ਼ ਰੈਕੋਗਨਾਈਜ਼ਿੰਗ ਕਲਰਫੁਲ ਅੰਡਰਲਾਈਨਸ ਸੋ ਕਈ ਵਾਰੀ ਤੁਸੀਂ ਦੇਖਿਆ ਹੋਊਗਾ ਵਰਡ ਦੇ ਵਿੱਚ ਜੋ ਵੀ ਟੈਕਸਟ ਹੁੰਦਾ ਕੁਝ ਲਿਖਿਆ ਹੋਇਆ ਹੁੰਦਾ ਉਹ ਟੈਕਸਟ ਦੇ ਨੀਚੇ ਕਈ ਵਾਰੀ ਸਟ੍ਰੇਟ ਲਾਈਨਸ ਜਾਂ ਇਦਾਂ ਦੀਆਂ ਜ਼ਿਗਜ਼ੈਗ ਲਾਈਨਸ ਆਉਣ ਲੱਗ ਜਾਂਦੀਆਂ ਨੇ ਤੇ ਇਹਨਾਂ ਦੇ ਕਲਰ ਅਲੱਗ-ਅਲੱਗ ਹੁੰਦੇ ਨੇ ਸੋ ਹੁਣ ਆਪਾਂ ਦੇਖਾਂਗੇ ਵੀ ਕਿਹੜੀ ਲਾਈਨ ਕੀ ਚੀਜ਼ ਦੱਸਦੀ ਹੈ ਨੰਬਰ 1 ਬਲੂ ਅੰਡਰਲਾਈਨ ਸੋ ਇਹ ਹੈ ਐਗਜ਼ਾਮਪਲ ਬਲੂ ਅੰਡਰਲਾਈਨ ਦੀ ਕਿਸੇ ਵੀ ਲਾਈਨ ਦੇ ਨੀਚੇ ਵਰਡਸ ਦੇ ਨੀਚੇ ਜਦੋਂ ਸਟ੍ਰੇਟ ਬਲੂ ਅੰਡਰਲਾਈਨ ਹੁੰਦੀ ਆ
ਉਹਦਾ ਮਤਲਬ ਹੁੰਦਾ ਕਿ ਆਪਾਂ ਨੂੰ ਵਰਡ ਕਿਸੇ ਵੈਬ ਐਡਰੈਸ ਦੀ ਨੋਲੇਜ ਦੇ ਰਿਹਾ ਸੋ ਜੇ ਆਪਾਂ ਉਸ ਚੀਜ਼ ਉੱਤੇ ਕਲਿੱਕ ਕਰਾਂਗੇ ਤਾਂ ਆਪਾਂ ਜਿਹੜਾ ਵੈਬ ਪੇਜ ਹੈ ਉੱਥੇ ਪਹੁੰਚ ਜਾਾਂਗੇ ਨੈਕਸਟ ਹੈ ਰੈੱਡ ਜ਼ਿਗਜ਼ੈਗ ਸੋ ਇਸ ਤਰ੍ਹਾਂ ਦੇ ਨਾਲ ਜੇ ਕਿਸੇ ਵੀ ਵਰਡ ਦੇ ਨੀਚੇ ਰੈੱਡ ਕਲਰ ਦੀ ਜ਼ਿਗਜ਼ੈਗ ਲਾਈਨ ਆ ਉਹਦਾ ਮਤਲਬ ਹੈ ਕਿ ਸਪੈਲਿੰਗ ਦੇ ਵਿੱਚ ਕੋਈ ਗਲਤੀ ਹੈ ਬਲੂ ਜ਼ਿਗਜ਼ੈਗ ਸੋ ਜੇ ਐਵੇਂ ਕੋਈ ਬਲੂ ਜ਼ਿਗਜ਼ੈਗ ਆ ਰਿਹਾ ਇਹਦਾ ਮਤਲਬ ਆ ਕਿ ਕੋਈ ਗ੍ਰਾਮਰ ਦੀ ਮਿਸਟੇਕ ਆ ਰੈੱਡ ਲਾਈਨ ਜੇ ਕਿਤੇ ਸਟ੍ਰੇਟ ਰੈੱਡ ਲਾਈਨ ਆ ਸੋ ਤੁਸੀਂ ਉਹਦੇ ਜ਼ਿਗਜ਼ੈਗ ਤੇ ਸਿੰਪਲ ਲਾਈਨ ਦੇ ਵਿੱਚ ਫਰਕ ਵੀ ਸਮਝਣਾ ਵੀ ਜਿਹੜੀ ਸਿੰਪਲ ਸਟ੍ਰੇਟ ਰੈੱਡ ਲਾਈਨ ਆ ਇਹਦਾ ਮਤਲਬ ਆ ਕਿ ਆਪਾਂ ਕੋਈ ਚੇਂਜ ਕਰਨੀ ਚਾਹ ਰਹੇ ਹਾਂ ਪਰ ਜਿਹੜਾ ਕੰਪਿਊਟਰ ਹੈ ਪ੍ਰੋਸੈਸਰ ਹੈ ਉਹ ਆਪਾਂ ਨੂੰ ਰਿਸਟ੍ਰਿਕਟ ਕਰ ਰਿਹਾ ਕਿ ਤੁਸੀਂ ਉਹ ਚੇਂਜ ਨਹੀਂ ਕਰ ਸਕਦੇ ਸੋ ਨੈਕਸਟ ਹੈ ਵੀ ਜੇ ਤੁਸੀਂ ਕਿਸੇ ਡਾਕੂਮੈਂਟ ਦੇ ਵਿੱਚ ਕੋਈ ਸਪੋਟ ਕੋਈ ਜਗ੍ਹਾ ਡਾਇਰੈਕਸ਼ਨ ਬਦਲਣੀ ਹੈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ ਤੁਸੀਂ ਉਹਦੇ ਲਈ ਕਿਹੜੀਆਂ ਕਿਹੜੀਆਂ ਕੀਜ਼ ਦੀ ਵਰਤੋਂ ਕਰੋਗੇ ਸੋ ਪਹਿਲੀ ਚੀਜ਼ ਜੇ ਤੁਸੀਂ ਕਿਸੇ ਵੀ ਟੈਕਸਟ ਲਾਈਨ ਦੀ ਸਟਾਰਟਿੰਗ ਵਿੱਚ ਜਾਣਾ ਬਿਗਨਿੰਗ 'ਚ ਜਾਣਾ ਤਾਂ ਤੁਸੀਂ ਹੋਮ ਦੱਬ ਸਕਦੇ ਹੋ ਜੇ ਤੁਸੀਂ ਐਂਡ ਤੇ ਜਾਣਾ ਦੈਨ ਯੂ ਵਿਲ ਯੂਜ਼ ਐਂਡ ਕੀ ਜੇ ਤੁਸੀਂ ਕਿਸੇ ਡਾਕੂਮੈਂਟ ਦੇ ਬਿਲਕੁਲ ਸਟਾਰਟਿੰਗ ਟੌਪ ਉੱਤੇ ਜਾਣਾ ਚਾਹੁੰਦੇ ਹੋ ਉਰੇ ਆਪਾਂ ਟੈਕਸਟ ਲਾਈਨ ਦੀ ਗੱਲ ਨਹੀਂ ਕਰ ਰਹੇ ਉਰੇ ਆਪਾਂ ਪੂਰੇ ਡਾਕੂਮੈਂਟ ਦੀ ਗੱਲ ਕਰ ਰਹੇ ਹਾਂ ਸੋ ਉੱਥੇ ਤੁਸੀਂ ਦੱਬੋਗੇ ਕੰਟਰੋਲ ਪਲੱਸ ਹੋਮ ਜੇ ਤੁਸੀਂ ਡਾਕੂਮੈਂਟ ਦੇ ਬਿਲਕੁਲ ਐਂਡ ਤੇ ਜਾਣਾ ਜਿੱਥੇ ਸਾਰੀਆਂ ਟੈਕਸਟ ਲਾਈਨ ਖਤਮ ਹੋ ਰਹੀਆਂ ਨੇ ਉਹਦੇ ਲਈ ਤੁਸੀਂ ਵਰਤੋਗੇ ਕੰਟਰੋਲ ਪਲੱਸ ਐਂਡ ਨੈਕਸਟ ਹੈ ਜੇ ਤੁਸੀਂ ਕਿਸੇ ਵੀ ਇੱਕ ਵਿੰਡੋ ਸਕਰੀਨ ਨੂੰ ਜਿਹਦੇ ਵਿੱਚ ਪੂਰਾ ਟੈਕਸਟ ਫਿਲ ਕੀਤਾ ਹੋਇਆ ਉਹਨੂੰ ਪੂਰੀ ਸਕਰੀਨ ਨੂੰ ਅਪ ਕਰਨਾ ਚਾਹੁੰਦੇ ਹੋ ਉਹਨੂੰ ਉੱਪਰ ਨੂੰ ਮੂਵ ਕਰਨਾ ਚਾਹੁੰਦੇ ਹੋ ਉੱਥੇ ਤੁਸੀਂ ਦੱਬੋਗੇ ਪੇਜ ਅਪ ਜੇ ਤੁਸੀਂ ਉਹਨੂੰ ਡਾਊਨ ਕਰਨਾ ਚਾਹੁੰਦੇ ਹੋ ਪੇਜ ਡਾਊਨ ਜੇ ਤੁਸੀਂ ਐਕਸਟ੍ਰੀਮ ਟੌਪ ਦੇ ਉੱਤੇ ਜਾਣਾ ਚਾਹੁੰਦੇ ਹੋ ਜਿਹੜਾ ਵੀ ਤੁਹਾਡਾ ਕਰੰਟ ਵਿੰਡੋ ਦਾ ਟੈਕਸਟ ਹੈ ਉੱਥੇ ਤੁਸੀਂ ਕੰਟਰੋਲ ਪਲੱਸ ਪੇਜ ਅਪ ਜੇ ਤੁਸੀਂ ਐਕਸਟ੍ਰੀਮ ਡਾਊਨ ਉੱਤੇ ਜਿੱਥੇ ਬਿਲਕੁਲ ਸਕਰੀਨ ਖਤਮ ਹੋ ਰਹੀ ਹੈ ਉੱਥੇ ਜਾਣਾ ਤਾਂ ਉਹਦੇ ਲਈ ਤੁਸੀਂ ਦੱਬੋਗੇ ਕੰਟਰੋਲ ਪਲੱਸ ਪੇਜ ਡਾਊਨ ਤੇ ਉਰੇ ਇੱਕ ਇੰਪੋਰਟੈਂਟ ਚੀਜ਼ ਤੁਸੀਂ ਯਾਦ ਰੱਖਣੀ ਹੈ ਵੀ ਜਿਹੜੀਆਂ ਵੀ ਇਹ ਡੈਜ਼ਿਗਨੇਟਡ ਕੀਜ਼ ਨੇ ਇਹ ਹੁੰਦੀਆਂ ਨੇ ਕੀਬੋਰਡ ਦੇ ਰਾਈਟ ਸਾਈਡ ਬਿਲਕੁਲ ਨੀਚੇ ਐਂਡ ਦੇ ਉੱਤੇ ਸੋ ਇਹ ਕਰਸਰ ਪੁਆਇੰਟ ਡਾਇਰੈਕਸ਼ਨ ਦਾ ਮਤਲਬ ਹੈ ਕਿ ਜਿਹੜੀਆਂ ਕੀਜ਼ ਨੇ ਇਹਨਾਂ ਉੱਤੇ ਇਸ ਤਰ੍ਹਾਂ ਦੇ ਨਾਲ ਡਾਇਰੈਕਸ਼ਨ ਦੱਸੀਆਂ ਹੁੰਦੀਆਂ ਨੇ ਸੋ ਇਹ ਵਾਲੀ ਕੀ ਹੁੰਦੀ ਹੈ ਐਂਡ ਦਿਸ ਵਨ ਇਜ਼ ਹੋਮ ਇਹ ਹੈ ਪੇਜ ਅਪ ਦੀ ਐਂਡ ਇਹ ਵਾਲੀ ਹੈ ਪੇਜ ਡਾਊਨ ਦੀ ਸੋ ਇਹ ਤੁਸੀਂ ਯਾਦ ਰੱਖਣਾ ਵੀ ਜਿਹੜੀਆਂ ਇਹ ਚਾਰ ਕੀਜ਼ ਨੇ ਇਹਨਾਂ ਦੇ ਇਹ ਕਿਹੜੇ ਕਿਹੜੇ ਇੰਪੋਰਟੈਂਟ ਫੰਕਸ਼ਨਸ ਨੇ ਨੈਕਸਟ ਹੁਣ ਜਨਰਲ ਫੰਕਸ਼ਨਸ ਆ ਗਏ ਇੰਪੋਰਟੈਂਟ ਕੀਜ਼ ਨੇ ਇਹ ਸ਼ਾਰਟਕਟਸ ਨੇ ਜੋ ਇਹ ਤੁਸੀਂ ਐਗਜ਼ਾਮ ਦੇ ਲਈ 100% ਯਾਦ ਕਰਕੇ ਜਾਣੇ ਨੇ ਇਹ ਬਾਰ ਬਾਰ ਪੁੱਛੇ ਜਾਂਦੇ ਨੇ ਸੋ ਪਹਿਲੀ ਹੈ ਕੰਟਰੋਲ ਪਲੱਸ ਏ ਇਹ ਨਵਾਂ ਚਾਹੇ ਵਰਜ਼ਨ ਹੈ ਚਾਹੇ ਪੁਰਾਣਾ ਵਰਜ਼ਨ ਹੈ ਇਹ ਸਾਰਿਆਂ ਦੇ ਵਿੱਚ ਸੇਮ ਹੈ ਸਿਲੈਕਟ ਆਲ ਟੈਕਸਟ ਇਨ ਦਾ ਡਾਕੂਮੈਂਟ ਬੀ ਦੇ ਨਾਲ ਬੋਲਡ ਹੋ ਜਾਂਦਾ ਸੀ ਦੇ ਨਾਲ ਕਾਪੀ ਦਾ ਸਿਲੈਕਟਿਡ ਆਈਟਮ ਐਕਸ ਦੇ ਨਾਲ ਤੁਸੀਂ ਕੱਟ ਕਰ ਲੈਂਦੇ ਹੋ ਜਿਹੜੀ ਵੀ ਆਈਟਮ ਨੂੰ ਸਿਲੈਕਟ ਕੀਤਾ ਹੁੰਦਾ ਵੀ ਦੇ ਨਾਲ ਤੁਸੀਂ ਪੇਸਟ ਕਰ ਦਿਓ ਦੈਨ ਡੀ ਕਮਾਂਡ ਫੌਂਟ ਡਾਇਲੋਗ ਬਾਕਸ ਈ ਦੇ ਨਾਲ ਅਲਾਈਨਮੈਂਟ ਹੁੰਦੀ ਹੈ ਟੈਕਸਟ ਦੀ ਮਿਡਲ ਦੇ ਵਿੱਚ ਆ ਜਾਂਦਾ ਦੈਨ ਜੇ ਤੁਸੀਂ ਟੈਕਸਟ ਨੂੰ ਰਾਈਟ ਵੱਲ ਕਰਨਾ ਤਾਂ ਆਰ ਐਲ ਦੇ ਨਾਲ ਲੈਫਟ ਵੱਲ ਹੋ ਜਾਂਦਾ ਜੇ ਇਹਦਾ ਮਤਲਬ ਹੈ ਜੇ ਤੁਸੀਂ ਜਸਟੀਫਾਈ ਕਰਨਾ ਆਪਣੇ ਟੈਕਸਟ ਨੂੰ ਐਫ ਦੇ ਨਾਲ ਫਾਈਂਡ ਬਾਕਸ ਜੇ ਤੁਸੀਂ ਕੋਈ ਚੀਜ਼ ਲੱਭਣੀ ਹੈ ਸਰਚ ਕਰਨੀ ਹੈ ਟੈਕਸਟ ਦੇ ਵਿੱਚ ਤਾਂ ਉੱਥੇ ਤੁਸੀਂ ਕੰਟਰੋਲ ਪਲੱਸ ਐਫ ਦੱਬ ਦਿਓ ਜੀ ਦੇ ਨਾਲ ਕੀ ਹੁੰਦਾ ਤੁਸੀਂ ਕਿਸੇ ਚੀਜ਼ ਨੂੰ ਲੱਭ ਕੇ ਉਹਨੂੰ ਜੇ ਰਿਪਲੇਸ ਕਰਨਾ ਬਦਲਣਾ ਉੱਥੇ ਤੁਸੀਂ ਇਹ ਕਮਾਂਡ ਵਰਤ ਦਿਓ ਦੈਨ ਜੇ ਤੁਸੀਂ ਇਟੈਲਿਕ ਜਿਹੜਾ ਫੌਂਟ ਹੁੰਦਾ ਹੈ ਉਹ ਯੂਜ਼ ਕਰਨਾ ਉਹਦੇ ਲਈ ਕੰਟਰੋਲ ਪਲੱਸ ਆਈ ਕੇ ਬਹੁਤ ਇੰਪੋਰਟੈਂਟ ਹੈ ਇਹਦੇ ਨਾਲ ਹਾਈਪਰ ਲਿੰਕ ਵਾਲੀ ਜਿਹੜੀ ਕਮਾਂਡ ਹੈ ਉਹ ਇਨਸਰਟ ਹੁੰਦੀ ਹੈ ਦੈਨ ਕੰਟਰੋਲ ਪਲੱਸ ਕੇ ਦੇ ਨਾਲ ਹੀ ਹੈਂਗਿੰਗ ਇੰਡੈਂਟ ਕਮਾਂਡ ਸੋ ਇਹ ਆਉਂਦੀ ਆ ਦੈਨ ਐਮ ਦੇ ਨਾਲ ਇੰਡੈਂਟ ਕਮਾਂਡ ਐਨ ਨਿਊ ਡਾਕੂਮੈਂਟ ਉਹਦੇ ਨਾਲ ਜੇ ਤੁਸੀਂ ਕਰੰਟ ਡਾਕੂਮੈਂਟ ਨੂੰ ਖੋਲ੍ਹਣਾ ਹੈ ਪੀ ਦੇ ਨਾਲ ਪ੍ਰਿੰਟ ਐਸ ਦੇ ਨਾਲ ਹੁੰਦਾ ਸੇਵ ਡਾਕੂਮੈਂਟ ਯੂ ਦੇ ਨਾਲ ਤੁਹਾਡਾ ਡਾਕੂਮੈਂਟ ਅੰਡਰਲਾਈਨ ਹੋ ਜਾਂਦਾ ਤੇ ਡਬਲਯੂ ਦੇ ਨਾਲ ਜਿਹੜਾ ਤੁਹਾਡਾ ਡਾਕੂਮੈਂਟ ਹੈ ਬੰਦ ਹੋ ਜਾਂਦਾ ਕਲੋਜ਼ ਹੋ ਜਾਂਦਾ ਸੋ ਦੈਨ ਕਮਸ ਫਿਊ ਇੰਪੋਰਟੈਂਟ ਫੰਕਸ਼ਨਸ ਰਿਲੇਟਡ ਟੂ ਕੰਟਰੋਲ ਆਲਟ ਸ਼ਿਫਟ ਕੀ ਸੋ ਇਹ ਤਿੰਨ ਕੀਜ਼ ਵਰਤ ਕੇ ਆਪਾਂ ਕਿਹੜੇ ਕਿਹੜੇ ਇੰਪੋਰਟੈਂਟ ਫੰਕਸ਼ਨਸ ਪਰਫਾਰਮ ਕਰ ਸਕਦੇ ਹਾਂ ਸੋ ਪਹਿਲਾ ਹੈ ਜੇ ਆਪਾਂ ਕੰਟਰੋਲ ਦੇ ਨਾਲ F1 ਦੱਬਦੇ ਹਾਂ ਤਾਂ ਟਾਸਕ ਪੇਨ ਖੁੱਲਦਾ F2 ਦੇ ਨਾਲ ਜਿਹੜਾ ਫਾਈਲ ਮੈਨੂ ਹੈ ਉਹਦੇ ਵਿੱਚੋਂ ਪ੍ਰਿੰਟ ਪ੍ਰੀਵਿਊ ਵਾਲੀ ਕਮਾਂਡ ਖੁੱਲ ਜਾਂਦੀ ਹੈ ਤੁਹਾਡਾ ਡਾਕੂਮੈਂਟ ਪ੍ਰਿੰਟ ਹੋ ਕੇ ਕਿਵੇਂ ਦਾ ਲੱਗੂਗਾ ਉਹ ਆਪਾਂ ਦੇਖ ਸਕਦੇ ਹਾਂ F4 ਦੇ ਨਾਲ ਆਪਾਂ ਵਿੰਡੋ ਨੂੰ ਕਲੋਜ਼ ਕਰਾਂਗੇ ਕੰਟਰੋਲ ਦੇ ਨਾਲ ਇਕੁਅਲ ਟੂ ਵਾਲਾ ਸਾਈਨ ਦੱਬ ਕੇ ਆਪਾਂ ਸਬਸਕ੍ਰਿਪਟ ਕਰ ਸਕਦੇ ਹਾਂ ਜੇ ਨਾਲ ਹੀ ਆਪਾਂ ਸ਼ਿਫਟ ਵੀ ਦੱਬ ਲਈਏ ਤਾਂ ਸੁਪਰ ਸਕ੍ਰਿਪਟ ਜੇ ਆਪਾਂ ਨੇ ਹੁਣ ਵਰਡ ਕਾਊਂਟ ਕਰਨੇ ਨੇ
ਉਹਦੇ ਲਈ ਆਪਾਂ ਕੰਟਰੋਲ ਸ਼ਿਫਟ ਤੇ ਜੀ ਦਬਾਂਗੇ ਜੇ ਆਪਾਂ ਨੇ ਫੌਂਟ ਨੂੰ ਇਨਕਰੀਜ਼ ਕਰਨਾ ਤਾਂ ਕੰਟਰੋਲ ਸ਼ਿਫਟ ਤੇ ਇਨਕਰੀਜ਼ ਦੈਨ ਡਿਕਰੀਜ਼ ਤੇ ਜੇ ਆਪਾਂ F10 ਦਬ ਰਹੇ ਹਾਂ ਸ਼ਿਫਟ ਦੇ ਨਾਲ ਤਾਂ ਜਿਹੜਾ ਡਿਸਪਲੇ ਦੇ ਉੱਤੇ ਸ਼ਾਰਟਕਟ ਮੈਨੂ ਆ ਜੂ ਉਸ ਤੋਂ ਬਾਅਦ ਜੇ ਆਪਾਂ F8 ਦਬ ਰਹੇ ਹਾਂ ਤਾਂ ਆਪਾਂ ਜਿਹੜਾ ਸਿਲੈਕਸ਼ਨ ਮੋਡ ਆ ਜੇ ਆਪਾਂ ਨੇ ਕੋਈ ਚੀਜ਼ ਸਿਲੈਕਟ ਕੀਤੀ ਆ ਉਹਦੇ ਤੋਂ ਆਪਾਂ ਪਿੱਛੇ ਹਟ ਜਾਾਂਗੇ ਵਿਡਰਾ ਹੋ ਜਾਊਗਾ ਦੈਨ F3 ਦੱਬਣ ਦੇ ਨਾਲ ਸ਼ਿਫਟ ਦੇ ਨਾਲ ਜਿਹੜਾ ਲੈਟਰ ਦਾ ਕੇਸ ਹੈ ਉਹ ਬਦਲ ਜੂ F5 ਦੇ ਨਾਲ ਆਪਾਂ ਜਿਹੜੀ ਪਹਿਲਾਂ ਚੇਂਜ ਕੀਤੀ ਹੈ ਪਿਛਲੀ ਚੇਂਜ ਕੀਤੀ ਆਪਾਂ ਨੇ ਕਿਸੇ ਵੀ ਚੀਜ਼ ਦੇ ਵਿੱਚ ਆਪਾਂ ਉੱਥੇ ਦੁਬਾਰਾ ਪਹੁੰਚ ਜਾਾਂਗੇ ਦੈਨ ਕੰਟਰੋਲ ਸ਼ਿਫਟ A ਆਲ ਕੈਪਸ ਕੰਟਰੋਲ ਸ਼ਿਫਟ L ਅਪਲਾਈ ਬੁਲੇਟ ਲਿਸਟ ਉਸ ਤੋਂ ਬਾਅਦ ਜੇ ਆਪਾਂ ਨੇ ਕਿਸੇ ਪੇਜ ਨੂੰ ਬ੍ਰੇਕ ਕਰਨਾ ਤਾਂ ਆਪਾਂ ਕੰਟਰੋਲ ਪਲੱਸ ਬ੍ਰੇਕ ਦੱਬਾਂਗੇ ਜੇ ਆਪਾਂ ਨੇ ਕਰਸਰ ਦੇ ਸੱਜੇ ਹੱਥ ਵਾਲਾ ਰਾਈਟ ਸਾਈਡ ਵਾਲਾ ਜੋ ਵੀ ਟੈਕਸਟ ਲਿਖਿਆ ਹੋਇਆ ਉਹਨੂੰ ਡਿਲੀਟ ਕਰਨਾ ਉੱਥੇ ਆਪਾਂ ਡਿਲੀਟ ਕੀ ਜੇ ਆਪਾਂ ਨੇ ਲੈਫਟ ਵਾਲੇ ਨੂੰ ਖਤਮ ਕਰਨਾ ਡਿਲੀਟ ਕਰਨਾ ਦੈਨ ਕੰਟਰੋਲ ਪਲੱਸ ਬੈਕ ਸਪੇਸ ਦੈਨ ਜੇ ਆਪਾਂ ਨੇ ਡਾਕੂਮੈਂਟ ਦੇ ਬਿਲਕੁਲ ਲਾਸਟ ਐਂਡ ਉੱਤੇ ਪਹੁੰਚਣਾ ਤਾਂ ਉੱਥੇ ਆਪਾਂ ਕੰਟਰੋਲ ਪਲੱਸ ਐਂਡ ਬਿਗਨਿੰਗ ਉੱਤੇ ਪਹੁੰਚਣ ਲਈ ਕੰਟਰੋਲ ਪਲੱਸ ਹੋਮ ਤੇ ਜੇ ਆਪਾਂ ਨੇ ਕੋਈ ਵੀ ਹਾਈਲਾਈਟਡ ਟੈਕਸਟ ਹੈ ਉਹਨੂੰ ਆਪਾਂ ਨੇ ਡਿਫਾਲਟ ਫੌਂਟ ਟੈਕਸਟ ਦੇ ਵਿੱਚ ਸਿੰਪਲ ਦੇ ਵਿੱਚ ਆਪਾਂ ਨੇ ਰੀਸੈਟ ਕਰਨਾ ਤਾਂ ਉੱਥੇ ਆਪਾਂ ਕੰਟਰੋਲ ਪਲੱਸ ਸਪੇਸ ਬਾਰ ਦੱਬਾਂਗੇ ਦੈਨ ਜੇ ਆਪਾਂ ਨੇ ਹੁਣ ਲਾਈਨ ਸਪੇਸਿੰਗ ਦੇ ਵਿੱਚ ਕੋਈ ਚੇਂਜਿਸ ਲੈ ਕੇ ਆਉਣੀਆਂ ਨੇ ਤਾਂ ਕੰਟਰੋਲ ਪਲੱਸ 1 ਦੱਬ ਕੇ ਆਪਾਂ ਸਿੰਗਲ ਸਪੇਸਿੰਗ ਕਰਾਂਗੇ 2 ਦੱਬ ਕੇ ਡਬਲ 5 ਦੱਬ ਕੇ 1.5 ਸਪੇਸ ਲਾਈਨ ਸੋ ਫਿਰ ਜੇ ਤੁਸੀਂ ਆਲਟ ਦੇ ਨਾਲ F4 ਦੱਬਦੇ ਹੋ ਤਾਂ ਤੁਸੀਂ MS ਵਰਡ ਤੋਂ ਬਾਹਰ ਨਿਕਲ ਆਉਂਗੇ ਕੁਇਟ ਹੋ ਜੂ F5 ਦੱਬ ਕੇ ਸਿਰਫ ਤੁਹਾਡੀ ਸਕਰੀਨ ਨੀਚੇ ਹੋਊਗੀ ਮਿਨੀਮਾਈਜ਼ ਹੋ ਦੈਨ ਆਲਟ ਸ਼ਿਫਟ D ਇਹਦੇ ਨਾਲ ਜਿਹੜੀ ਕਰੰਟ ਡੇਟ ਹੈ ਉਹ ਤੁਹਾਡੇ ਡਾਕੂਮੈਂਟ 'ਚ ਐਡ ਹੋ ਜੂ ਇਹ ਟਾਈਮ ਤੇ ਡੇਟ ਵਾਲੀਆਂ ਜਿਹੜੀ ਕੀਜ਼ ਨੇ ਇਹ ਕਾਫੀ ਐਗਜ਼ਾਮਸ ਦੇ ਵਿੱਚ ਪੁੱਛੀਆਂ ਜਾ ਰਹੀਆਂ ਨੇ ਦੈਨ ਆਲਟ ਸ਼ਿਫਟ ਪਲੱਸ T ਦੇ ਨਾਲ ਕਰੰਟ ਟਾਈਮ ਐਡ ਹੋਊਗਾ ਕੰਟਰੋਲ ਸ਼ਿਫਟ ਪਲੱਸ 1 ਇਹਦੇ ਨਾਲ ਹੈਡਿੰਗ 1 ਦਾ ਟੈਕਸਟ ਚੇਂਜ ਹੋ ਜੂ ਸੋ ਇਸੇ ਤਰ੍ਹਾਂ ਤੁਸੀਂ 2, 3 ਇਹ ਦੱਬ ਕੇ ਹੈਡਿੰਗ 2 ਤੇ 3 ਦਾ ਜਿਹੜਾ ਟੈਕਸਟ ਹੈ ਉਹਨੂੰ ਬਦਲ ਸਕਦੇ ਹੋ ਦੈਨ ਜੇ ਤੁਸੀਂ ਕਿਸੇ ਵੀ ਲਾਈਨ ਦੀ ਸਟਾਰਟਿੰਗ 'ਚ ਜਾਣਾ ਤਾਂ ਆਪਾਂ ਨੇ ਪਹਿਲਾਂ ਵੀ ਬਹੁਤ ਵਾਰੀ ਪੜ੍ਹ ਚੁੱਕੇ ਹਾਂ ਹੋਮ ਜੇ ਤੁਸੀਂ ਐਂਡ ਤੇ ਜਾਣਾ ਤਾਂ ਉੱਥੇ ਐਂਡ ਦੱਬੋਗੇ ਪੇਜ ਅਪ ਪੇਜ ਡਾਊਨ ਦੀਸ ਹੈਵ ਆਲਰੇਡੀ ਬੀਨ ਡਿਸਕਸਡ ਨਾਓ ਕਮਸ ਫੰਕਸ਼ਨ ਕੀਜ਼ ਸੋ ਜਿਹੜੀਆਂ ਏਬਲੀਆਂ ਸਿੰਪਲ F ਵਾਲੀਆਂ ਕੀਜ਼ ਨੇ 4 ਕੀਜ਼ ਇਹ ਅਲੱਗ ਤੋਂ ਇਸੇ ਲਈ ਮੈਂਸ਼ਨ ਨੇ ਕਿਉਂਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਇਹਨਾਂ ਦੇ ਫੰਕਸ਼ਨ ਬਾਰ ਬਾਰ ਐਗਜ਼ਾਮ ਦੇ ਵਿੱਚ ਰਿਪੀਟ ਹੁੰਦੇ ਨੇ ਸੋ F1 ਦੇ ਨਾਲ ਜੇ ਆਪਾਂ ਨੂੰ ਕੋਈ ਹੈਲਪ ਚਾਹੀਦੀ ਹੈ ਆਪਾਂ ਉਹ ਫੰਕਸ਼ਨ ਪਰਫਾਰਮ ਕਰ ਸਕਦੇ ਹਾਂ F2 ਦੇ ਨਾਲ ਟੈਕਸਟ ਜਾਂ ਇਮੇਜ ਨੂੰ ਮੂਵ ਕੀਤਾ ਜਾਊਗਾ F4 ਦੇ ਨਾਲ ਜੋ ਆਪਾਂ ਨੇ ਲਾਸਟ ਐਕਸ਼ਨ ਕੀਤਾ ਉਹਨੂੰ ਜੇ ਰਿਪੀਟ ਕਰਨਾ ਤਾਂ ਆਪਾਂ ਉਹ ਪਰਫਾਰਮ ਕਰ ਸਕਦੇ ਹਾਂ ਉਸ ਤੋਂ ਬਾਅਦ ਜਿਹੜਾ ਸਿਲੈਕਸ਼ਨ ਮੋਡ ਆ ਜੇ ਉਹਨੂੰ ਆਪਾਂ ਨੇ ਐਕਸਟੈਂਡ ਕਰਨਾ ਵਧਾਉਣਾ ਉਹਦੇ ਲਈ ਆਪਾਂ F8 ਦੱਬਾਂਗੇ ਸੋ ਇਹ ਸੀ ਆਪਣੀ ਇੰਪੋਰਟੈਂਟ ਸ਼ਾਰਟਕਟ ਕੀਜ਼ ਰਿਲੇਟਡ ਟੂ MS ਵਰਡ ਤੇ ਇਹਦੇ ਵਿੱਚ ਆਪਾਂ ਨੇ ਸਟਾਰਟਿੰਗ ਵਿੱਚ 2019 ਦੇ MS ਵਰਡ ਦੇ ਵਿੱਚ ਪੁਰਾਣੇ ਵਰਜ਼ਨਸ ਨਾਲੋਂ ਕੀ ਨਵੀਆਂ ਚੇਂਜਿਸ ਆਈਆਂ ਨੇ ਕਿਹੜੇ ਨਵੇਂ ਫੀਚਰਸ ਐਡ ਹੋਏ ਨੇ ਉਹ ਡਿਸਕਸ ਕੀਤੇ ਨੇ ਸੋ ਹੁਣ ਆਪਾਂ ਦੇਖਾਂਗੇ ਮਾਈਕਰੋਸਾਫਟ ਐਕਸਲ ਸੋ ਮਾਈਕਰੋਸਾਫਟ ਐਕਸਲ ਕੀ ਹੈ ਬੇਸਿਕਲੀ ਇੱਕ ਫੁੱਲ ਫੀਚਰਡ ਸਪਰੈਡਸ਼ੀਟ ਪ੍ਰੋਗਰਾਮ ਆ ਜਿਹਦੇ ਵਿੱਚ ਆਪਾਂ ਕੈਲਕੂਲੇਸ਼ਨਸ ਕਰ ਸਕਦੇ ਹਾਂ ਡੇਟਾ ਤਿਆਰ ਕਰ ਸਕਦੇ ਹਾਂ ਗ੍ਰਾਫ ਰਿਪੋਰਟਸ ਆਪਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਨਿਊਮੈਰੀਕਲ ਤੁਹਾਡੀ ਕੋਈ ਫੰਕਸ਼ਨਿੰਗ ਹੈ ਡੇਟਾ ਹੈ ਕਿਸੇ ਚੀਜ਼ ਨੂੰ ਲੈ ਕੇ ਕੋਈ ਤੁਹਾਡੀ ਆਰਗੇਨਾਈਜੇਸ਼ਨ ਹੈ ਸਕੂਲ ਹੈ ਕਿਸੇ ਵੀ ਤਰ੍ਹਾਂ ਦਾ ਜੇ ਤੁਸੀਂ ਡੇਟਾ ਆਰਗੇਨਾਈਜ਼ ਕਰਨਾ ਹੈ ਇੱਕ ਸਿਸਟਮੈਟਿਕ ਈਜ਼ੀ ਤਰੀਕੇ ਦੇ ਵਿੱਚ ਉਹਦੇ ਲਈ ਤੁਸੀਂ ਮਾਈਕਰੋਸਾਫਟ ਐਕਸਲ ਯੂਜ਼ ਕਰ ਸਕਦੇ ਹੋ ਇਹਦੇ ਵਿੱਚ ਬੇਸਿਕਲੀ 3 ਮੇਜਰ ਚੀਜ਼ਾਂ ਨੇ ਨੰਬਰ 1 ਵਰਕਸ਼ੀਟਸ ਇਹਦੇ ਵਿੱਚ ਤੁਸੀਂ ਡੇਟਾ ਨੂੰ ਐਂਟਰ ਕਰ ਸਕਦੇ ਹੋ ਕੈਲਕੂਲੇਟ ਕਰ ਸਕਦੇ ਹੋ ਐਨਾਲਾਈਜ਼ ਕਰ ਸਕਦੇ ਹੋ ਦੈਨ ਚਾਰਟਸ ਚਾਰਟਸ ਅਲੱਗ ਅਲੱਗ ਤਰ੍ਹਾਂ ਦੇ ਹੁੰਦੇ ਨੇ ਉਹਦੇ ਵਿੱਚ ਤੁਸੀਂ ਕੰਪੈਰੀਜ਼ਨ ਵਗੈਰਾ ਕਰ ਸਕਦੇ ਹੋ 2D ਚਾਰਟਸ ਨੇ 3D ਚਾਰਟਸ ਨੇ ਇਹ ਤੁਸੀਂ ਯਾਦ ਰੱਖਣਾ ਵੀ ਕਿਹੜੀ ਕਿਹੜੀ ਫਾਰਮ ਦੇ ਚਾਰਟਸ ਐਕਸਲ ਦੇ ਵਿੱਚ ਹੁੰਦੇ ਨੇ ਸੋ ਕਾਲਮ ਚਾਰਟਸ ਪਾਈ ਚਾਰਟ ਦੈਨ ਡੇਟਾਬੇਸ ਡੇਟਾਬੇਸ ਤੁਹਾਡੇ ਜਿਹੜਾ ਡੇਟਾ ਹੈ ਉਹਨੂੰ ਮੈਨੇਜ ਕਰਦਾ ਸੰਭਾਲ ਕੇ ਰੱਖਦਾ ਸੋ ਤੁਸੀਂ ਵਰਕਸ਼ੀਟ ਦੇ ਵਿੱਚ ਜਦੋਂ ਇੱਕ ਵਾਰੀ ਡੇਟਾ ਪਾਤਾ ਤਾਂ ਐਕਸਲ ਉਸ ਡੇਟਾ ਨੂੰ ਸਾਰਟ ਆਊਟ ਕਰਕੇ ਉਹਦੇ ਵਿੱਚੋਂ ਜੋ ਇੰਪੋਰਟੈਂਟ ਚੀਜ਼ਾਂ ਕੱਢਣੀਆਂ ਨੇ ਜੋ ਕੈਲਕੂਲੇਸ਼ਨਸ ਕਰਨੀਆਂ ਨੇ ਉਹ ਸਾਰੀਆਂ ਤੁਸੀਂ ਅਲੱਗ ਅਲੱਗ ਕੀਜ਼ ਦੀ ਹੈਲਪ ਦੇ ਨਾਲ ਕਰ ਸਕਦੇ ਹੋ ਸੋ ਜਿਹੜਾ ਐਕਸਲ ਹੈ ਇੱਕ ਬਹੁਤ ਹੀ ਜ਼ਿਆਦਾ ਹੈਲਪਫੁਲ ਚੀਜ਼ ਹੈ ਜਿਹਦੇ ਵਿੱਚ ਤੁਹਾਡਾ ਛੋਟੇ ਤੋਂ ਵੱਡੇ ਹਰ ਲੈਵਲ ਦਾ ਜਿਹੜਾ ਡੇਟਾ ਹੈ ਉਹ ਈਜ਼ੀਲੀ ਮੈਨੇਜ ਹੋ ਸਕਦਾ ਹੈ
ਸੋ ਜਿਹੜਾ ਐਕਸਲ ਦਾ ਨਵਾਂ ਵਰਜ਼ਨ ਆਇਆ ਆਪਣੇ ਕੋਲ 2019 ਦਾ, ਇਹਨੇ ਬਹੁਤ ਸਾਰੀਆਂ ਨਵੀਆਂ ਇਹ ਜੀਆਂ ਸ਼ਾਰਟਕਟ ਕੀਜ਼ ਐਡ ਕਰਤੀਆਂ, ਇਹ ਜੇ ਨਵੇਂ ਫੀਚਰ ਐਡ ਕੀਤੇ ਨੇ ਜਿਹਦੇ ਨਾਲ ਹੁਣ ਜਿਹੜਾ ਕੰਮ ਹੈ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਆਸਾਨ ਹੋ ਗਿਆ। ਤੇ ਇੱਕ ਇੰਪੋਰਟੈਂਟ ਚੀਜ਼ ਆਪਾਂ ਨੇ ਯਾਦ ਰੱਖਣੀ ਹੈ ਐਕਸਲ ਪੜਨ ਤੋਂ ਪਹਿਲਾਂ ਵੀ ਜਿੱਥੇ ਵੀ ਸ਼ਾਰਟਕਟ ਕੀ ਦੇ ਵਿੱਚ ਪਲੱਸ ਦਾ ਸਾਈਨ ਹੈ ਉਹਦਾ ਮਤਲਬ ਹੈ ਵੀ ਉਹ ਦੋਨੋਂ ਕੀਜ਼ ਨੂੰ ਤੁਸੀਂ ਸੇਮ ਟਾਈਮ ਦੇ ਉੱਤੇ ਪ੍ਰੈਸ ਕਰਨਾ ਹੈ। ਸੋ ਕੰਟਰੋਲ ਓਵਰ ਐਨ, ਇਹਦੇ ਨਾਲ ਤੁਸੀਂ ਇੱਕ ਨਵੀਂ ਵਰਕਬੁੱਕ ਪੂਰੀ ਦੀ ਪੂਰੀ ਬਿਲਡ ਕਰ ਸਕਦੇ ਹੋ। ਦੈਨ ਪਲੱਸ ਓ, ਇਹਦੇ ਨਾਲ ਤੁਸੀਂ ਓਪਨ ਕਰ ਸਕਦੇ ਹੋ ਜੋ ਵੀ ਤੁਹਾਡੀ ਲੇਟੈਸਟ ਵਰਕਬੁੱਕ ਹੈ। ਸੋ ਨੈਕਸਟ ਇਜ਼ ਕੰਟਰੋਲ ਓਵਰ ਟੀ। ਜੇ ਤੁਸੀਂ ਕਿਸੇ ਵੀ ਸੈੱਲ ਨੂੰ ਟੇਬਲ ਦੇ ਵਿੱਚ ਕਨਵਰਟ ਕਰਨਾ, ਉੱਥੇ ਤੁਸੀਂ ਇਹ ਵਾਲੀ ਆਪਸ਼ਨ ਯੂਜ਼ ਕਰ ਸਕਦੇ ਹੋ। ਦੈਨ ਜੇ ਤੁਸੀਂ ਕੋਈ ਵੀ ਟੈਬ ਖੋਲਦੇ ਹੋ, ਕਿਸੇ ਵੀ ਟੈਬ ਨੂੰ ਕਲਿੱਕ ਕਰੋ, ਉੱਥੇ ਤੁਸੀਂ ਇਕੁਅਲ ਟੂ ਦੇ ਨਾਲ ਕੋਈ ਵੀ ਚੀਜ਼ ਟਾਈਪ ਕਰਨ ਲੱਗੋਗੇ ਤਾਂ ਉਹ ਤੁਹਾਡੇ ਕੋਲ ਸਾਹਮਣੇ ਲਿਖ ਕੇ ਆ ਜੂਗੀ। ਦੈਨ ਤੁਸੀਂ ਜਿਹੜਾ ਆਪਣਾ ਕਰਸਰ ਹੈ, ਚਾਹੇ ਤੁਸੀਂ ਕੀਬੋਰਡ ਤੋਂ ਯੂਜ਼ ਕਰ ਰਹੇ ਹੋ ਜਾਂ ਫਿਰ ਮਾਊਸ ਦੀ ਹੈਲਪ ਦੇ ਨਾਲ, ਕਿਸੇ ਵੀ ਸੈੱਲ ਦੇ ਵਿੱਚ ਤੁਸੀਂ ਕਰਸਰ ਪਾਓ, ਉੱਥੇ ਤੁਸੀਂ F4 ਕੀ ਦੱਬੋ, ਤੁਹਾਡੇ ਕੋਲ ਉੱਥੇ ਜੋ ਵੀ ਇੱਕ ਐਬਸੋਲਿਊਟ ਕਰੈਕਟ ਰੈਫਰੈਂਸ ਦੀ ਟਾਈਪ ਹੈ, ਜਿਹੜੀ ਵੀ ਚੀਜ਼ ਦੀ ਤੁਸੀਂ ਰੈਫਰੈਂਸ ਲੈ ਰਹੇ ਹੋ ਉਹ ਟਾਈਪ ਹੈ ਜਿਹੜੀ, ਉਹ ਤੁਹਾਡੇ ਕੋਲ ਸਾਹਮਣੇ ਆ ਜੂਗੀ। ਦੈਨ ਜੇ ਉਸ ਤੋਂ ਬਾਅਦ ਤੁਸੀਂ ਸਟੂਡੈਂਟ ਪਲੱਸ ਐਸ ਇਹ ਦੱਬ ਰਹੇ ਹੋ ਤਾਂ ਉਹਦੇ ਨਾਲ ਤੁਹਾਡੇ ਕੋਲ ਜਿਹੜੀ ਤੁਹਾਡੀ ਵਰਕਬੁੱਕ ਹੈ, ਸਪਰੈਡਸ਼ੀਟ ਆ ਜਿਹਦੇ ਤੁਸੀਂ ਕੰਮ ਕਰ ਰਹੇ ਹੋ, ਉਹ ਸੇਵ ਹੋ ਜੂਗੀ। ਹੁਣ ਉਰੇ ਤੁਸੀਂ ਕਨਫਿਊਜ਼ ਹੋ ਰਹੇ ਹੋਵੋਗੇ ਕਿ ਨਵੀਂ ਕੀ ਕਿਹੜੀ ਆ ਗਈ, STRG। ਸੋ ਇਹ ਕੋਈ ਵੀ ਅਲੱਗ ਕੀ ਨਹੀਂ ਆ, ਸੋ STRG ਇੱਕ ਜਰਮਨ ਕੀਬੋਰਡ ਦੀ ਕੀ ਹੈ, ਸੋ ਜਿਹਨੂੰ ਆਪਾਂ ਕੰਟਰੋਲ ਕਹਿੰਦੇ ਹਾਂ। ਸੋ ਇਹ ਤੁਸੀਂ ਯਾਦ ਰੱਖਣਾ ਵੀ ਕੰਟਰੋਲ ਕੀ ਨੂੰ ਜਰਮਨ ਦੇ ਵਿੱਚ ਆਪਾਂ ਟ੍ਰਾਂਸਲੇਟ ਕਰੀਏ ਤਾਂ STRG ਸਟੂਰੰਗ ਇਹ ਵਰਡ ਯੂਜ਼ ਕੀਤਾ ਜਾਂਦਾ। ਸੋ ਤੁਹਾਨੂੰ ਐਗਜ਼ਾਮ ਦੇ ਵਿੱਚ ਜੇ ਕੰਟਰੋਲ ਦੀ ਬਜਾਏ STRG ਲਿਖਿਆ ਹੋਇਆ ਆ ਗਿਆ ਤਾਂ ਤੁਸੀਂ ਸੇਮ ਕੰਟਰੋਲ ਵਾਲੀ ਹੀ ਉੱਥੇ ਆਪਸ਼ਨ ਟਿਕ ਕਰਨੀ ਹੈ, ਕਿਉਂਕਿ ਇਹ ਦੋਨੋਂ ਬਿਲਕੁਲ ਸੇਮ ਨੇ। ਪਰ ਇਹਦੀ ਜਿਹੜੀ ਰੈਫਰੈਂਸ ਹੈ ਇਹ ਨਵੇਂ 2019 ਵਾਲੇ ਮਾਈਕਰੋਸਾਫਟ ਵਰਡ ਐਕਸਲ ਦੇ ਵਿੱਚ ਬਾਰ ਬਾਰ ਆ ਰਹੀ ਹੈ, ਇਸੇ ਲਈ ਉਰੇ ਸਪੈਸ਼ਲੀ ਮੈਂਸ਼ਨਡ ਹੈ। ਦੈਨ ਜੇ ਤੁਸੀਂ ਆਪਣੀ ਵਰਕਬੁੱਕ ਨੂੰ ਕਲੋਜ਼ ਕਰਨਾ ਤਾਂ W+Ctrl, ਦੈਨ ਕਾਪੀ ਕਰਨੇ ਨੇ ਕੋਈ ਸੈੱਲ ਦੇ ਕੰਟੈਂਟ ਤਾਂ Ctrl+C। ਸੋ ਇਹ ਸਾਰੇ ਤਾਂ ਆਲਮੋਸਟ ਜਿਹੜੇ ਪਹਿਲਾਂ ਵੀ ਵਰਤੇ ਜਾਂਦੀਆਂ ਨੇ ਉਹੀ ਵਾਲੀਆਂ ਕੀਜ਼ ਨੇ। ਦੈਨ ਜਿਵੇਂ ਤੁਸੀਂ P+Ctrl ਦੱਬ ਰਹੇ ਹੋ ਉਹਦੇ ਨਾਲ ਤੁਸੀਂ ਡਾਇਲੋਗ ਨੂੰ ਰਾਈਟ ਦੇ ਉੱਤੇ ਓਪਨ ਕਰ ਸਕਦੇ ਹੋ। ਤੁਸੀਂ ਕੋਈ ਆਪਣਾ ਡੇਟਾ ਜਿਹੜਾ ਐਡ ਕੀਤਾ, ਕੋਈ ਨੰਬਰ ਐਡ ਕੀਤੇ ਨੇ, ਉਹਨਾਂ ਨੂੰ ਫਾਰਮੈਟਿੰਗ ਕਰਨੀ ਹੈ, ਬਦਲਣਾ ਹੈ, ਚੇਂਜ ਕਰਨਾ, ਸੈਟਿੰਗ ਕਰਨੀ ਆ ਤਾਂ ਤੁਸੀਂ Ctrl+1 ਦੱਬੋਗੇ। ਦੈਨ ਉਹਦੇ ਨਾਲ ਕੀ ਹੋਊਗਾ, ਜਿਹੜਾ ਤੁਹਾਡਾ ਟਾਈਪ ਸੈੱਲ ਹੈ ਉਹ ਓਪਨ ਹੋ ਜੂਗਾ, ਫਿਰ ਤੁਸੀਂ ਉਹ ਟਾਈਪ ਸੈੱਲ ਦੇ ਵਿੱਚ ਜੋ ਵੀ ਡੇਟਾ ਚੇਂਜ ਕਰਨਾ ਉਹਨੂੰ ਟਾਈਪ ਕਰਕੇ ਬਦਲ ਸਕਦੇ ਹੋ। ਨੈਕਸਟ ਹੈ Click+Switch+V, ਇਹ ਵੀ ਬਹੁਤ ਇੰਪੋਰਟੈਂਟ ਹੈ। ਕਹਿੰਦੇ ਜੇ ਤੁਹਾਡਾ ਕਲਿੱਪਬੋਰਡ ਹੈ ਜਿਹੜਾ ਉਹ ਜ਼ਿਆਦਾ ਕਲੀਨ ਨਹੀਂ ਆ ਤਾਂ ਤੁਸੀਂ ਉੱਥੇ ਇੱਕ ਨਵੀਂ ਵਿੰਡੋ ਪੇਸਟ ਸਪੈਸ਼ਲ ਵਾਲੀ ਜਿਹੜੀ ਆਪਸ਼ਨ ਹੈ ਉਹ ਖੋਲ ਸਕਦੇ ਹੋ। ਦੈਨ Ctrl+Alt, ਤੁਸੀਂ ਆਪਣੇ ਲਾਸਟ ਮੂਵ ਨੂੰ ਜੇ ਰਿਪੀਟ ਕਰਨਾ ਹੈ। ਦੈਨ ਹੈ ਚੂਜ਼ਿੰਗ ਇਨਫੋਰਮੇਸ਼ਨ, ਸੋ ਇਹਦੇ ਨਾਲ ਰਿਲੇਟਿਡ ਕੁਝ ਇੰਪੋਰਟੈਂਟ ਕੀਜ਼ ਨੇ। ਜੇ ਤੁਸੀਂ ਦੋ ਵਾਰੀ ਆਲਟ ਦੱਬ ਰਹੇ ਹੋ, ਤੁਸੀਂ ਕਿਸੇ ਵੀ ਇੱਕ ਜਗ੍ਹਾ ਦੇ ਉੱਤੇ ਕਰਸਰ ਆਪਣਾ ਲੈ ਕੇ ਜਾਓ, ਪਹਿਲਾਂ ਜੇ ਤੁਸੀਂ ਇੱਕ ਵਾਰੀ ਆਲਟ ਦੱਬੋਗੇ ਤਾਂ ਇੱਕ ਜਿਹੜੀ ਲਿਸਟ ਹੈ ਉਹ ਸਿਲੈਕਟ ਹੋਜੂ, ਦੁਬਾਰਾ ਆਲਟ ਦੱਬੋਗੇ ਤਾਂ ਪੂਰਾ ਦਾ ਪੂਰਾ ਜਿਹੜੀ ਤੁਹਾਡੀ ਵਰਕਸ਼ੀਟ ਹੈ ਉਹ ਸਿਲੈਕਟ ਹੋਜੂ। ਦੈਨ Click+4, ਇਹਦੇ ਨਾਲ ਕੀ ਹੈ, ਸਿਲੈਕਟ ਦਾ ਕੰਪਲੀਟ ਬੋਰਡ, Shift+Range ਸਿਲੈਕਟ ਦਾ ਫੁੱਲ ਲਿਸਟ। ਦੈਨ ਆਊਟਪੁੱਟ ਡੇਟਾ, ਜੇ ਤੁਸੀਂ ਕਿਸੇ ਵੀ ਡੇਟਾ ਨੂੰ ਚੇਂਜ ਕਰਨਾ ਜਾਂ ਤੁਸੀਂ ਚਾਹੁੰਦੇ ਹੋ ਕਿ ਜੇ ਤੁਹਾਡੀ ਕੋਈ ਨਵੀਂ ਲਾਈਨ ਵਗੈਰਾ ਉਹ ਐਡ ਹੋ ਜਾਵੇ ਜਾਂ ਤੁਸੀਂ ਕੋਈ ਕਰੰਟ ਡੇਟ ਐਡ ਕਰਨੀ ਹੈ, ਸੋ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਕੁਝ ਇੰਪੋਰਟੈਂਟ ਕੀਜ਼ ਨੇ। ਪਹਿਲੀ ਹੈ F2, ਇਹਦੇ ਨਾਲ ਤੁਸੀਂ ਜਿਹੜੇ ਸੈੱਲ ਦੇ ਵਿੱਚ ਪ੍ਰੈਜੈਂਟਲੀ ਹੈਗੇ ਹੋ, ਜਿੱਥੇ ਤੁਹਾਡਾ ਕਰਸਰ ਆ, ਜਿਹੜੇ ਸੈੱਲ 'ਚ ਤੁਸੀਂ ਕੰਮ ਕਰ ਰਹੇ ਹੋ ਉਹਨੂੰ ਐਡਿਟ ਕਰ ਸਕਦੇ ਹੋ। ਦੈਨ Alt+Fill-In, ਇਹਦੇ ਨਾਲ ਤੁਸੀਂ ਨਵੀਂ ਲਾਈਨ ਟਾਈਪ ਕਰ ਸਕਦੇ ਹੋ ਕਿਸੇ ਵੀ ਸੈੱਲ ਦੇ ਵਿੱਚ। ਦੋ ਵਾਰੀ ਕੰਟਰੋਲ ਦੱਬਣ ਦੇ ਨਾਲ ਤੁਸੀਂ ਕਰੰਟ ਡੇਟ ਐਡ ਕਰ ਸਕਦੇ ਹੋ, ਜੇ ਤੁਸੀਂ ਕਰੰਟ ਟਾਈਮ ਐਡ ਕਰਨਾ ਤਾਂ ਉੱਥੇ ਤੁਸੀਂ Ctrl+Shift+ ਜੋ ਵੀ ਟਾਈਮ ਹੈ। ਦੈਨ Enter Ctrl+, ਇਹਦੇ ਨਾਲ ਤੁਸੀਂ ਜੋ ਵੀ ਕਰੰਟ ਸੈੱਲ ਦੇ ਕੰਟੈਂਟਸ ਨੇ ਉਹਨਾਂ ਨੂੰ ਤੁਸੀਂ ਫਿਲਅਪ ਕਰ ਸਕਦੇ ਹੋ, ਜਿਹੜੇ ਵੀ ਤੁਸੀਂ ਸੈੱਲ ਹੋਰ ਸਿਲੈਕਟ ਕੀਤੇ ਨੇ ਉਹਨਾਂ ਦੇ ਨਾਲ। ਉਸ ਤੋਂ ਬਾਅਦ Ctrl+D, ਇਹਦੇ ਨਾਲ ਤੁਸੀਂ ਕਾਪੀ ਕਰ ਸਕਦੇ ਹੋ ਪਹਿਲਾਂ ਸਾਰੇ ਸੈੱਲ ਦੇ ਕੰਟੈਂਟ ਨੂੰ, ਤੇ ਜੇ ਕਿਸੇ ਵੀ ਤੁਸੀਂ ਹੋਰ ਜਗ੍ਹਾ ਤੇ ਉਹਨਾਂ ਦੀ ਪੋਜੀਸ਼ਨਿੰਗ ਕਰਨੀ ਹੈ ਤਾਂ ਉੱਥੇ ਪੋਜੀਸ਼ਨਿੰਗ ਕਰ ਸਕਦੇ ਹੋ।
नेक्स्ट इज यूजफुल एक्सीलेंट शॉर्ट कीज दैट फैसिलिटेट योर वर्क। सो जिहड़े आपां ने पहला शॉर्टकट कीज देखिया ने, कुछ आउटपुट डेटा नाल रिलेटेड सी, कुछ डेटा फॉरमैटिंग नाल। हुण कुछ सिंपल कीज जिहड़ियां आपां अपने रोज दा जिहड़ा काम हुंदा है ओहदे विच वरतदे आ। सो ओह हुण आपां देखांगे किहड़ियां इंपॉर्टेंट शॉर्टकट कीज ने। सो जिहड़ियां शॉर्टकट कीज ने इह आपां दो तरीके दे नाल देखांगे, वी जे तुसीं विंडोज़ दे उत्ते काम कर रहे हो तां तुसीं ਕਿਹੜੀ ਦੱਬੋਗੇ, ਜੇ ਤੁਸੀਂ ਮੈਕ ਇਹਦੇ ਵਿੱਚ ਕੰਮ ਕਰ ਰਹੇ ਹੋ ਮੈਕ ਆਪਰੇਟਿੰਗ ਸਿਸਟਮ ਦੇ ਵਿੱਚ ਤਾਂ ਤੁਸੀਂ ਸੇਮ ਕੰਮ ਦੇ ਲਈ ਕਿਹੜੀਆਂ ਕੀਜ਼ ਯੂਜ਼ ਕਰੋਗੇ। ਸੋ ਪਹਿਲੀ ਹੈ ਸ਼ਾਰਟਕਟ ਟੂ ਸਟੈਪ ਸਟ੍ਰੇਟ ਔਨ ਟੂ ਦਾ ਨੈਕਸਟ ਸ਼ੀਟ। ਜੇ ਤੁਸੀਂ ਸਿੱਧਾ ਨੈਕਸਟ ਸ਼ੀਟ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਪੇਜ ਡਾਊਨ ਪਲੱਸ ਕੰਟਰੋਲ ਦੱਬੋਗੇ ਵਿੰਡੋਜ਼ ਦੇ ਵਿੱਚ, ਮੈਕ ਦੇ ਵਿੱਚ ਤੁਸੀਂ FN ਕੰਟਰੋਲ ਐਰੋ ਡਾਊਨ। ਸੋ ਇਹ ਤੁਸੀਂ ਯਾਦ ਰੱਖਣਾ। ਦੈਨ ਜੇ ਤੁਸੀਂ ਲੈਫਟ ਵੱਲ ਜਾਣਾ ਚਾਹੁੰਦੇ ਹੋ ਨੈਕਸਟ ਸ਼ੀਟ ਦੇ, ਤਾਂ ਉਹਦੇ ਲਈ ਤੁਸੀਂ ਪੇਜ ਅਪ ਪਲੱਸ ਕੰਟਰੋਲ FN ਕੰਟਰੋਲ FT ਅਪ। ਉਸ ਤੋਂ ਬਾਅਦ ਹੋਰ ਕਾਫੀ ਸਾਰੀਆਂ ਇੰਪੋਰਟੈਂਟ ਕੀਜ਼ ਨੇ ਜਿਹੜੀਆਂ ਕੰਟਰੋਲ ਆਲਟ ਇਹ ਸਾਰੀਆਂ ਬੇਸਿਕ ਕੀਜ਼ ਦੇ ਨਾਲ ਯੂਜ਼ ਹੁੰਦੀਆਂ ਨੇ। ਸੋ ਪਹਿਲੇ ਨੰਬਰ ਤੇ ਆਉਂਦੀ ਆ ਆਪਣੇ ਕੋਲ ਸਿੰਪਲ ਹੋਮ ਪਲੱਸ ਕੰਟਰੋਲ। ਸੋ ਕਹਿੰਦੇ ਜੇ ਤੁਸੀਂ ਕੋਈ ਵੀ ਡਾਟਾ ਨੂੰ ਪਹਿਲੇ ਹੀ ਫਸਟ ਸੈੱਲ ਦੇ ਵਿੱਚ ਐਂਟਰ ਕਰਨਾ ਚਾਹੁੰਦੇ ਹੋ ਤਾਂ ਉੱਥੇ ਤੁਸੀਂ ਹੋਮ ਪਲੱਸ ਕੰਟਰੋਲ ਦੱਬੋਗੇ, ਤੇ ਜੇ ਤੁਸੀਂ ਮੈਕ ਵਿੱਚ ਕੰਮ ਕਰ ਰਹੇ ਹੋ ਤਾਂ FN ਲੈਫਟ ਐਰੋ ਕੰਟਰੋਲ। ਉਸ ਤੋਂ ਬਾਅਦ ਹੈ ਜੇ ਤੁਸੀਂ ਕਿਸੇ ਵੀ ਵਰਕਸ਼ੀਟ ਦੇ ਲਾਸਟ ਵਾਲੇ ਫਾਈਨਲ ਸੈੱਲ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ ਕੰਟਰੋਲ ਪਲੱਸ ਐਂਡ ਵਿੰਡੋ ਦੇ ਲਈ, ਤੇ ਮੈਕ ਦੇ ਲਈ FN ਰਾਈਟ ਐਰੋ ਕੰਟਰੋਲ ਤੇ ਰਾਈਟ। ਉਸ ਤੋਂ ਬਾਅਦ ਜੇ ਤੁਸੀਂ ਕਿਸੇ ਵੀ ਕਰੰਟ ਜਿੱਥੇ ਤੁਸੀਂ ਕੰਮ ਕਰ ਰਹੇ ਹੋ ਵਰਕਸ਼ੀਟ ਦੇ ਵਿੱਚ ਜਾਂ ਕਾਲਮ ਦੇ ਵਿੱਚ, ਉੱਥੇ ਤੁਸੀਂ ਕਿਸੇ ਇੱਕ ਰੋ ਨੂੰ ਪਿੱਕ ਕਰਨਾ। ਸੋ ਉਸ ਰੋ ਨੂੰ ਪਿੱਕ ਕਰਨ ਦੇ ਲਈ ਤੁਸੀਂ ਕੀ ਕਰੋਗੇ, ਸ਼ਿਫਟ ਪਲੱਸ ਸਪੇਸ ਕੰਟਰੋਲ ਪਲੱਸ ਰੂਮ। ਸੋ ਜਿਹੜੀ ਪਹਿਲੀ ਸ਼ਾਰਟਕਟ ਕੀ ਹੈ, ਇਹਦਾ ਮਤਲਬ ਹੈ ਜੇ ਤੁਸੀਂ ਕੋਈ ਰੋ ਨੂੰ ਚੂਜ਼ ਕਰ ਰਹੇ ਹੋ, ਸੋ ਜੇ ਤੁਸੀਂ ਐਕਸਲ ਕਾਲਮ ਦੀ ਸ਼ਾਰਟਕਟ ਕੀ ਚਾਹੁੰਦੇ ਹੋ ਤਾਂ ਉਹ ਹੈ ਕੰਟਰੋਲ ਪਲੱਸ ਰੂਮ। ਨੈਕਸਟ ਹੈ ਜੇ ਤੁਸੀਂ ਕਿਸੇ ਰਿਬਨ ਨੂੰ ਐਕਸਟੈਂਡ ਕਰਨਾ, ਕੋਲੈਪਸ ਕਰਨਾ, ਤਾਂ ਉਹਦੇ ਲਈ ਜਿਹੜਾ ਵਿੰਡੋ ਦੇ ਲਈ ਸ਼ਾਰਟਕਟ ਹੈ ਉਹ ਹੈ ਕੰਟਰੋਲ ਪਲੱਸ F1, ਤੇ ਰਿਬਨ ਕੀ ਹੁੰਦਾ ਜਿਹੜਾ ਉੱਪਰ ਮੈਨਿਊ ਦੇ ਵਿੱਚ ਹੁੰਦਾ। ਮੈਕ ਸ਼ਾਰਟਕਟ ਕੀ ਹੈ, ਆਰਡਰ ਪਲੱਸ ਚੁਆਇਸ ਪਲੱਸ R। ਨੈਕਸਟ ਹੈ ਜੇ ਤੁਸੀਂ ਚਾਹੁੰਦੇ ਹੋ ਵੀ ਕੋਈ ਵੀ ਤੁਸੀਂ ਸਕਰੋਲਿੰਗ ਵਗੈਰਾ ਨਹੀਂ ਕਰਨੀ, ਤੇ ਤੁਸੀਂ ਕਿਸੇ ਵੀ ਡੇਟਾ ਦੇ ਇੱਕ ਐਜ ਨੂੰ ਪਿਕਅਪ ਕਰਨਾ, ਤਾਂ ਉਹਦੇ ਲਈ ਤੁਸੀਂ ਜੇ ਤੁਸੀਂ ਕਿਤੇ ਰਾਈਟ ਸਰਚ ਕਰਨੀ ਹੈ ਤਾਂ ਉਹਦੇ ਲਈ ਸ਼ਾਰਟਕਟ ਕੀ ਹੈ, ਸ਼ਿਫਟ ਕੰਟਰੋਲ ਰਾਈਟ ਐਰੋ। ਜੇ ਕਿਤੇ ਤੁਸੀਂ ਕਿਸੇ ਲਿੰਕ ਨੂੰ ਸਿਲੈਕਟ ਕਰਨਾ, ਕੋਈ ਲਿੰਕ ਦਿੱਤਾ ਹੋਇਆ ਉਹਨੂੰ ਸਿਲੈਕਟ ਕਰਨਾ, ਤਾਂ ਉੱਥੇ ਸ਼ਿਫਟ ਕੰਟਰੋਲ ਲੈਫਟ ਐਰੋ। ਤੁਸੀਂ ਉੱਪਰ ਜਾਣਾ ਚਾਹੁੰਦੇ ਹੋ ਅਪਵਰਡ ਰੇਂਜ ਦੇ ਵਿੱਚ, ਤਾਂ ਉੱਥੇ ਤੁਸੀਂ ਦੱਬੋਗੇ ਮੂਵ ਕੰਟਰੋਲ ਅਪ ਐਰੋ। ਸ਼ਾਰਟਕਟ ਟੂ ਪਿਕ ਡਾਊਨਵਰਡ, ਕੋਈ ਨੀਚੇ ਵਾਲੀ ਚੀਜ਼ਾਂ ਨੂੰ ਤੁਸੀਂ ਸਿਲੈਕਟ ਕਰਨਾ ਕਿਸੇ ਵੀ ਕਾਲਮ ਦੇ ਵਿੱਚ ਰੋ ਵਿੱਚ, ਉੱਥੇ ਤੁਸੀਂ ਮੂਵ ਕੰਟਰੋਲ ਡਾਊਨ ਐਰੋ। ਤੇ ਉਸ ਤੋਂ ਬਾਅਦ ਹੈ ਵੀ ਜੇ ਤੁਸੀਂ ਕਿਤੇ ਫਾਈਂਡ ਕੋਈ ਚੀਜ਼ ਲੱਭਣੀ ਹੈ ਐਕਸਲ ਦੇ ਵਿੱਚ, ਕੋਈ ਤੁਹਾਨੂੰ ਚੀਜ਼ ਮਿਲ ਨਹੀਂ ਰਹੀ, ਤੁਸੀਂ ਚਾਹੁੰਦੇ ਹੋ ਵੀ ਤੁਸੀਂ ਇੱਕ ਹੀ ਕੀ ਦੱਬ ਕੇ ਪੂਰੇ ਇੰਨੇ ਵੱਡੇ ਡੇਟਾ 'ਚੋਂ ਉਹ ਚੀਜ਼ ਨੂੰ ਆਸਾਨੀ ਨਾਲ ਲੱਭ ਲਓ, ਤਾਂ ਉੱਥੇ ਤੁਸੀਂ ਜੇ ਤੁਸੀਂ ਵਿੰਡੋ ਆਪਰੇਟਿੰਗ ਸਿਸਟਮ ਵਰਤ ਰਹੇ ਹੋ ਤਾਂ F ਪਲੱਸ ਕੰਟਰੋਲ ਦੱਬੋਗੇ, ਜੇ ਮੈਕ ਯੂਜ਼ ਕਰ ਰਹੇ ਹੋ ਤਾਂ ਦ F ਕਮਾਂਡ। ਉਸ ਤੋਂ ਬਾਅਦ ਆਉਂਦਾ ਜੇ ਤੁਸੀਂ ਕਿਸੇ ਵੀ ਕਰੰਟ ਸੈੱਲ ਦੇ ਵਿੱਚ ਹੀ ਨਵੀਂ ਲਾਈਨ ਦੇ ਵਿੱਚ ਜਾਣਾ, ਤਾਂ ਉੱਥੇ ਤੁਸੀਂ ਜੁਆਇਨ ਕਰੋਗੇ ਆਲਟ ਦੇ ਨਾਲ ਪਲੱਸ, ਤੇ ਜੇ ਮੈਕ ਵਿੱਚ ਤਾਂ ਕੰਟਰੋਲ ਪਲੱਸ ਰਿਟਰਨ ਆਪਸ਼ਨ। ਨੈਕਸਟ ਹੈ ਸਿੰਪਲ, ਜੇ ਤੁਸੀਂ ਬੋਲਡ ਕਰਨਾ ਚਾਹੁੰਦੇ ਹੋ ਤਾਂ ਕੰਟਰੋਲ ਪਲੱਸ B, ਜੇ ਤੁਸੀਂ ਇਟੈਲਿਕ ਤਾਂ ਤੁਸੀਂ ਵਿੰਡੋਜ਼ ਦੇ ਲਈ ਕੰਟਰੋਲ ਪਲੱਸ I, ਦੈਨ ਅੰਡਰਲਾਈਨ ਦੇ ਲਈ U। ਸੋ ਇਹ ਤਾਂ ਬਹੁਤ ਸਿੰਪਲ ਬੇਸਿਕ ਜਿਹੀਆਂ ਕੁਝ ਸ਼ਾਰਟਕਟ ਕੀਜ਼ ਨੇ, ਪਰ ਮੈਕ ਦੇ ਲਈ ਜਿਹੜੀਆਂ ਡਿਫਰੈਂਟ ਨੇ, ਜਿਹੜੇ 2019 ਦੇ ਸਪੈਸ਼ਲੀ MS Excel ਦੇ ਵਿੱਚ ਇਨਸਰਟ ਕੀਤੀਆਂ ਨੇ ਥਿਊਰੀ 'ਚ, ਇਹ ਤੁਸੀਂ ਯਾਦ ਰੱਖਣਾ ਵੀ ਜੇ ਮੈਕ ਦੇ ਵਿੱਚ ਕਰਨਾ ਤਾਂ ਤੁਸੀਂ ਕਮਾਂਡ ਦੇ ਨਾਲ I ਦੱਬੋਗੇ, ਤੇ ਜੇ ਤੁਸੀਂ ਅੰਡਰਲਾਈਨ ਕਰਨਾ ਤਾਂ ਉੱਥੇ ਤੁਸੀਂ U ਆਰਡਰ। ਸੋ ਇਹ ਸੀ ਕੁਝ ਆਪਣੀਆਂ ਇੰਪੋਰਟੈਂਟ ਕੀਜ਼, ਤੇ ਨਾਲ ਹੀ ਆਪਾਂ ਨੇ ਇਹਦੇ ਵਿੱਚ ਥਿਊਰੀ ਦੇਖੀ ਹੈ MS Excel ਦੀ 2019 ਦੀ। ਪਹਿਲਾਂ ਆਪਾਂ ਨੇ MS Word ਬਾਰੇ ਦੇਖਿਆ। ਸੋ ਇਹਦੇ ਵਿੱਚ ਜੋ ਵੀ ਇੰਪੋਰਟੈਂਟ ਇਨਫੋਰਮੇਸ਼ਨ ਥੋੜੀ ਜਿਹੀ ਪਹਿਲਾਂ ਵਾਲੇ ਵਰਜ਼ਨਸ ਨਾਲੋਂ ਡਿਫਰੈਂਟ ਹੈ ਉਹ ਐਡ ਕੀਤੀ ਹੈ। ਆਈ ਹੋਪ ਯੂ ਲਾਈਕ ਦ ਵੀਡੀਓ। ਕੀਪ ਸਪੋਰਟਿੰਗ ਵਿਕਟਰਸ ਨੌਲੇਜ। ਥੈਂਕ ਯੂ ਐਂਡ ਗੁੱਡ ਲੱਕ।